ਜਿੱਦਾਂ ਤੁਸੀਂ ਟੀਵੀ ਦੀਆਂ ਖਬਰਾਂ ਵੇਖਣੀਆਂ ਬੰਦ ਕਰਤੀਆਂ, ਹੋ ਸਕਦਾ ਖਬਰਾਂ ਸੁਣਨੀਆਂ ਵੀ ਬੰਦ ਕਰ ਦਿਓ, ਕਿਉਂਕਿ ਰੋਜ਼ ਹੀ ਅਸੀਂ ਸੁਣਦੇ ਹਾਂ ਕੈਨੇਡਾ ਦੇ ਵੀਜ਼ੇ ਬੰਦ ਹੋ ਗਏ, ਅਮਰੀਕਾ ਦੇ ਵੀਜ਼ੇ ਬੰਦ ਹੋ ਗਏ। ਇਹ ਕਿਤੇ ਬੰਦ ਨਹੀਂ ਹੋਏ, ਇਹ ਲਗਾਤਾਰ ਹਰ ਦਿਨ ਦਾ ਕੰਮ ਹੈ, ਹਰ ਦਿਨ ਰੋਜ਼ ਦੀ ਰੋਜ਼ ਕਲੈਕਸ਼ਨਸ ਨੇ। ਔਰ ਤੁਹਾਡੇ ਨਾਲ ਤਾਂ ਸਾਂਝੀਆਂ ਕਰ ਰਿਹਾ ਬਿਕੋਜ਼ ਕੈਨੇਡਾ ਨੂੰ ਲੈ ਕੇ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਹੈ ਕਿ ਕੈਨੇਡਾ ਦੇ ਵਿੱਚ ਵੀਜ਼ਾਸ ਬਹੁਤ ਟਾਈਟ ਹੋ ਗਏ ਔਰ ਕੈਨੇਡਾ ਦੇ ਵੀਜ਼ਾਸ ਦੇਣੇ ਬਿਲਕੁਲ ਹੀ ਮਨਾ ਕੀਤੇ ਹੋਏ ਆ। ਕੈਨੇਡਾ ਨੇ ਸਿਰਫ ਆਪਣਾ ਪ੍ਰੋਸੈਸਿੰਗ ਟਾਈਮ ਇਨਕਰੀਜ਼ ਕੀਤਾ ਆ, ਵੀਜ਼ਾਸ ਦੀ ਜਿਹੜੀ ਰਫ਼ਤਾਰ ਹੈ ਉਹ ਸਗੋਂ ਪਹਿਲਾਂ ਨਾਲੋਂ ਜ਼ਿਆਦਾ ਪੋਜ਼ਿਟਿਵ ਹੈ। ਔਰ ਮੈਂ ਪਿਛਲੀ ਵੀਡੀਓ ਦੱਸਿਆ ਸੀ 90% ਇਸ ਸਮੇਂ ਸਕਸੈਸ ਰੇਟ ਆ। ਕਾਰਨ ਕੀ ਆ? ਇਹ ਡਿਮਾਂਡ ਐਂਡ ਸਪਲਾਈ ਦੀ ਇਕੁਏਸ਼ਨ ਆ। ਜਦੋਂ ਤੁਹਾਡੀ ਵੀਜ਼ਾ ਪਾਉਣ ਵਾਲਿਆਂ ਦੀ ਗਿਣਤੀ ਘਟੂਗੀ, ਉਦੋਂ ਵੀਜ਼ਾ ਲੈਣ ਵਾਲਿਆਂ ਦੀ ਗਿਣਤੀ ਵੱਧ ਜਾਣੀ ਹੈ। ਤੇ ਜਿੱਦਣ ਵੀਜ਼ਾ ਲੈਣ ਵਾਲੇ ਬੰਦੇ ਵੱਧ ਗਏ, ਉਦਣ ਵੀਜ਼ਾ ਜਿਨ੍ਹਾਂ ਨੂੰ ਮਿਲਣਾ ਉਹਨਾਂ ਦੀ ਗਿਣਤੀ ਘੱਟ ਜਾਣੀ ਹੈ। ਸੋ ਡਿਮਾਂਡ ਐਂਡ ਸਪਲਾਈ ਆ, ਸੋ ਇਹਦੀ ਇਕੁਏਸ਼ਨ ਬੜੀ ਇਕੁਅਲੀ ਬੈਲੈਂਸ ਕੀਤੀ ਜਾਂਦੀ ਹੈ ਸਾਡੇ ਵੱਲੋਂ। ਔਰ ਅਸੀਂ ਇਸ ਕਰਕੇ ਸਮੇਂ ਸਮੇਂ ਤੇ ਅਗਾਹ ਕਰਦੇ ਰਹਿੰਦੇ ਹਾਂ ਕਿ ਇਹ ਵੀਜ਼ਾ ਅੱਜ ਵੀ ਸੌਖੇ ਨੇ। ਸੋ ਅਪਲਾਈ ਕਰਨਾ ਚਾਹੁੰਦੇ ਹੋ, 25 ਸਾਲ ਪੁਰਾਣੀ ਕੰਪਨੀ ਤੁਹਾਡੇ ਨਾਲ ਆ, ਵੀਜ਼ਾ ਦਾ ਮਸਲਾ ਹੱਲ ਕਰਕੇ ਦੇਵਾਂਗੇ। ਕਾਲ ਕਰੋ ਦਿੱਤੇ ਹੋਏ ਨੰਬਰ ਤੇ ਉੱਪਰ। ਸਤਿ ਸ਼੍ਰੀ ਅਕਾਲ ਜੀ।